ਇਹਨੂੰ ਸੀਨ ਦੱਸਣਾ ਕਿਹੜਾ ਕਰਨਾ ਸੀਨ ਕੁਝ ਇਸ ਤਰ੍ਹਾਂ ਹੈ ਕਿ ਇਹ ਤੇਰਾ ਹੀ ਹੈ ਤੂੰ ਦੂਰੋਂ ਦੌੜਦੀ ਆਈ ਹੈ ਓਕੇ ਬਾਰਿਸ਼ ਹੋ ਰਹੀ ਹੈ ਠੀਕ ਹੈ ਤੇ ਤੂੰ ਆ ਕੇ ਕਿਹਾ ਰਾਂਝਣਾ ਮੈਂ ਤੇ ਤੇਰੀ ਬਣ ਗਈ ਹਾਂ ਤੂੰ ਮੇਰਾ ਕਿਉਂ ਨਹੀਂ ਬਣਦਾ ਕਿਉਂ ਨਹੀਂ ਬਣਦਾ ਯਾਰ ਤੇਰੀ ਫੇਰ ਬਾਣੀ ਹੈ ਭਰਾਵਾ ਉਹ ਪਰਫਿਊਮ ਬਾਹਰ ਦਾ ਲਾ ਨਾਸਾਂ ਨੂੰ ਚੜਦਾ ਹੈ ਚਲੋ ਤੁਸੀਂ ਖੜੇ ਹੋਵੋ ਨਾ ਆਉਣਾ ਤੇ ਮੈਂ ਕੈਮਰਾਮੈਨ ਹੀਰੋ ਬਣ ਕੇ ਖੜੇ ਹੋ ਤੁਸੀਂ ਕੈਮਰਾਮੈਨ ਹਾਂ ਤੁਸੀਂ ਲਾਈਟਮੈਨ ਹੋ ਭਾਜੀ ਕਰੋ ਮੈਂ ਲਾਈਟਮੈਨ ਲਾਈਟਮੈਨ ਹਾਂ ਤੁਸੀਂ ਲਾਈਟਮੈਨ ਹੋ ਲਾਈਟਮੈਨ ਲਾ ਜੀ ਮਾਸ਼ਾਅੱਲਾ ਹੀਰੋ ਬਿਲਕੁਲ ਠੀਕ ਹੈ ਲਾਈਟਮੈਨ ਕੌਣ ਹੈ ਹੈ ਲਾਈਟਮੈਨ ਹੈ ਲਾਈਟਮੈਨ ਤੁਸੀਂ ਹੋ ਹਾਂ ਇਹ ਵੱਡਾ ਤੁਸੀਂ ਭਾਈ ਜੀ ਤੁਸੀਂ ਹੋ ਹਾਂ ਹਾਂ ਲਾਈਟਮੈਨ ਠੀਕ ਹੈ ਇੱਕ ਕਲੈਪ ਦੇਣਗੇ ਕਲੈਪ ਤੁਸੀਂ ਕਲੈਪ ਦਿਓਗੇ ਕਲੈਪ ਰੱਖੋਗੇ ਸਟਾਰਟ ਸਾਊਂਡ ਟ੍ਰਾਂਜਣਾ ਮੈਂ ਤੇ ਤੇਰੀ ਬਾਹਰ ਪਿੱਛੇ ਰੱਖਣਾ ਓਏ ਕਲੈਪ ਦੇਣੀ ਹੈ ਕਲੈਪ ਦੇਣੀ ਹੈ ਕਲੈਪ ਦੇ ਵਿੱਚ ਨਹੀਂ ਕੁਝ ਦੇਣਾ ਸਟਾਰਟ ਸਾਊਂਡ ਯਾਰ ਜਲਦੀ ਕਰ ਲੋ ਮੇਰੇ ਕੋਲ ਇੰਨੀ ਦੇਰ ਧੁੱਪੇ ਨਹੀਂ ਖਲੋਤਾ ਜਾਂਦਾ ਵੀ ਮੇਰੀ ਸਕਿਨ ਦਾ ਮਸਲਾ ਹੈ ਤੁਪੇ ਤੇਰੇ ਕੋ ਖਲੋਤਾ ਨਹੀਂ ਜਾਂਦਾ ਛਾਵੇਂ ਤੂੰ ਲੱਭਦਾ ਨਹੀਂ ਹੈ ਓ ਭਾਈ ਓ ਭਾਈ ਓ ਸਾਰ ਛਾਰ ਛਾਰ ਸਾਰ ਕੀ ਹੋ ਗਿਆ ਯਾਰ ਕਾਰ ਲਾਈਟ ਹੈ ਲਾ ਜੀ ਯਾਰ ਲਾਈਟ ਬਾਲੀ ਨਹੀਂ ਲਾਈਟ ਤੇ ਬਾਲੋ ਲਾਈਟ ਬਾਲੋ ਨਾ ਭਾਜੀ ਲਾਈਟ ਬਾਲੋ ਲਾ ਲਾਈਟ ਪਹਿਲੇ ਫਿਊਜ਼ ਹੋਈ ਉਹਨਾਂ ਦੇ ਅੱਜੀ ਤੇ ਲਾਈਟ ਆਉਂਦੀ ਹੈ ਨਾ ਹਾਂ ਤਾਂ ਕਾਲੀ ਹੋ ਜਾਂਦੀ ਔਰ ਹਨੇਰਾ ਹੋ ਜਾਂਦਾ ਹਨੇਰਾ ਹੋ ਜਾਂਦਾ ਤੂੰ ਰੋਸ਼ਨੀ ਕਰਾਉਂਦਾ ਨਹੀਂ ਮਰਦੀ ਲਾਈਟਾਂ ਬਾਲੋ ਜਦੋਂ ਤੁਹਾਡਾ ਹੀਰੋ ਹੀ ਆ ਹੀਰੋ ਅਦਰ ਮੂਹ ਕਰਨਾ ਉਧਰ ਹੀ ਓਏ ਆਉਣਾ ਨਹੀਂ ਹਲੀ ਹਜ਼ਾਰ ਵਾਟ ਦਾ ਬਲਬ ਲਗਾਈ ਅੱਛਾ ਹਜ਼ਾਰ ਵਾਟ ਦਾ ਹਜ਼ਾਰ ਵਾਟ ਦਾ ਤੇਰੀ ਮਾਂ ਦੀ ਫੈਕਟਰੀ ਬੰਦਾ ਨਹੀਂ ਓਏ ਆ ਕੋ ਤਿੰਨ ਚਾਰ ਵਾਟ ਦਾ ਹੋਵੇ ਤੇ ਬਸੇ ਹੋਇਆ ਹਜ਼ਾਰ ਵਾਟ ਦਾ ਬਲਬ ਲਗਾ ਤੂੰ ਧਿਆਨ ਨਾ ਖਲੋ ਹਾਂ ਧਿਆਨ ਨਾ ਖਲੋ ਤੂੰ ਛੋਟੇ ਬਲਬ ਤੋਂ ਨਜ਼ਰ ਹੀ ਨਹੀਂ ਆਉਂਦਾ ਚਲ ਆ ਤੂੰ ਵੀ ਵੱਡੇ ਬਲਬ ਤੋਂ ਬਗੈਰ ਨਹੀਂ ਆਉਂਦੀ ਪਲੀਜ਼ ਜਲਦੀ ਕਰੇ ਮੈਨੇ ਜਾਣਾ ਵੀ ਹੈ ਸਟੂਡੀਓ ਕਿਧਰ ਜਾਣਾ ਕੀ ਹੋਇਆ ਕਰੰਟ ਵਜਿਆ यार सीन खराब ना करे क्या कर रहे हैं चौल मार रहे हैं चलो नहीं अपना हीरो लाइटमैन साहब लाइटा के ऊपर करो यार कैमरे वाले ने पहले समझा लिए कैमरा मेरी जान एस पोजीशन पे होएगा ये केड़ा कैमरा कौन ही कैमरा जी हां जी सोने तो बाद चलो जी रांझणा मैं तो तेरी बन गई हां तू मेरा क्यों नहीं बनदा क्यों नहीं बनदा क्यों नहीं बनदा पहला हीरो जिद्दी जुत्ती मुंह नालों अच्छी है स्टैंड अप स्टार्ट साउंड यार झुकते ना लगाए मुझे प्लीज प्लीज ए हाउ डिड यू डिक्लेयर ओके ओके मेरी पे से डिक्लेयर मैं हां ओके ओके फिर मैं क्या से तते जोड़ लगा चलो कोई बात नहीं यार यार लेट दे दो ਤੁਸੀਂ ਆਪਣਾ ਲਾਈਟ ਵਾਲੇ ਆ ਭਾਈ हां ਤੂੰ ਜ਼ਰਾ ਉਹਦੇ ਨੇੜੇ ਹੋ ਕੇ ਫਲੋ ਡਰਦਾ ਅਸਲ ਵਿੱਚ ਨਾ ਤਪਾ ਜਾਨ ਨਹੀਂ ਡਰਦਾ ਉਹਦੇ ਲਾਈਟ ਨਾ ਨਾ ਦਿਓ ਲਾਈਟ ਦੇ ਹਿਰਵੰਦੇ ਦੇਣੀ ਚਾਹੀਦੀ ਹੈ ਹਿਰਵਨ ਨੂੰ ਵੀ ਲਾਈਟ ਦੇਾਂਗੇ ਹਾਂ ਹਿਰਵਨ ਨੂੰ ਲਾਈਟ ਟੈਂਚ ਕਰਕੇ ਲਾਈਟ ਦਿਓ ਨਾ ਨਾ ਜਦੋਂ ਹਿਰਵਨ ਆਊਟ ਫਰੇਮ ਚੋਂ ਐਂਟਰ ਹੋਏਗੀ ਤੇ ਲਾਈਟ ਤਾਂ ਬਿਲਕੁਲ ਥੱਲੇ ਆਏਗੀ ਬੀਬੀ ਜਰਾ ਪੈਰ ਹਟਾ ਲੈ ਤਾਰ ਥੱਲੇ ਆ ਗਈ ਸੋ ਗਿਆ ਤੇਰੀ ਤਾਰ ਐਡੀ ਲੰਬੀ ਪੈਰ ਦੀ ਖਲੋ ਲੈ ਕੇ ਤਾਰ ਤੇ ਕਿਹੜੀ ਸ਼ਾ ਫੜ ਬੈਠਾ ਜਿੰਦੀ ਐਡੀ ਲੰਮੀ ਤਾਰ ਐ ਤਾਰ ਤੇਰੇ ਗਲ ਚ ਪਾ ਜਰਾ ਤੇ ਗਲ ਘੁੱਟ ਦੇਣਾ ਤੇਰਾ ਮੈਂ ਹਾਂ ਫਿਲਮ ਤਾਂ ਸ਼ੁਰੂ ਹੁੰਦੇ ਆ ਓ ਯਾਰ ਵੀ ਹੋ ਪਲੀਜ਼ ਜਲਦੀ ਕਰੇ ਮੇਰੇ ਪਾਸ ਟਾਈਮ ਨਹੀਂ ਮੈਨੂੰ ਸਟੂਡੀਓ ਦੀ ਇਮਾ ਵੀ ਦੇਖ ਰਹੀ ਹੈ ਮੁਝੇ ਆਹ ਅਡੀਕ ਰਹੀ ਹੈ ਰੀਮਾ ਕਹਾਂ ਅਡੀਕ ਰਹੀ ਹੈ ਸਟਾਫ ਟਾਊਨ ਕੈਮਰਾ ਲਾਈਟ ਆਫ ਤੁਸੀਂ ਆ ਕੇ ਕਹਿਣਾ ਰਾਂਝਣਾ ਤੇਰਾ ਝਾੜੂ ਕਿੱਥੇ ਵੇ ਸਟਾਫ ਟਾਊਨ ਰਾਂਝਣਾ ਮੈਂ ਤੇ ਤੇਰੀ ਬਣ ਗਈ ਹਾਂ ਤੂੰ ਮੇਰਾ ਕਿਉਂ ਨਹੀਂ ਬਣਦਾ ਕਿਉਂ ਨਹੀਂ ਬਣਦਾ ਕਿਉਂ ਨਹੀਂ ਬਣਦਾ ਸਟਾਫ ਟਾਊਨ ਕੈਮਰਾ ਐਂਡ ਐਕਸ਼ਨ क्या बात एक मिनट मेरी गल सुन बंजली के बजानी के नहीं रांझे को नहीं बजती तो मैं की करा मैं तो बंजली बजानी है मेरे हाथ से फिर मैं बजा के तोड़ ही देनी है आ तो की पूरी तरह ठीक कर हीर दा देखना उत्ते के फूफी भाई हूं उत्ते देखना गाना भी ओवरलैप होएगा हीरो बन गया हीरो तू घर दस के आया कि नहीं ਦੁਸ਼ਵਾਰ ਨਾ ਹੋ ਸ਼ੁਕਰਗਾਰ ਤੋਂ ਫਿਲਮਾਂ ਜਾਣਦੇ ਆ ਆਪ ਦੁਸ਼ਵਾਰ ਨਾ ਹੋ ਹਾਂ ਇਧਰ ਆਓ ਹੀਰੋ ਜੀ
यार तू की मजाक बनाया हूं इथे खलोता रहना कि तेनु बन्ना इथे खलोता रहना तू ओए इथे खलो जा ब्रूस ली नु मलम पट्टी करना आया इथे खलो जा अरे फिर शूटिंग हो रही अच्छा चलो जी स्टार्ट साउंड स्टार्ट साउंड कैमरा और रंग मेरा लाल होया कि नहीं ओ रंग लाल हो आप हम तेनु ट्रैक्टर थले दे दिए यार जल्दी फिर मैं दुनिया बदले तू ना बदल ऐ तेरा एहसान रवेगा प्यार मेरा चन चौधरी तेरी मां लगती मिलेगा ते काबू रखी जज्बात वे कदों दे बिछड़े कदों होवे मुलाकात छत से बनेरे आना तेरे पर छावे नी चंबे दिया बेला तेरी गुत दे वला में हीरो गुंगा ते तुसी जाके हीरो नूं कहना है के वीरा डाकू मैनू चुक के लै गए ने तू मैनू बचाण क्यों नहीं आया क्यों नहीं आया क्यों नहीं आया डायरेक्टर साहब ए सीन बदलो क्यों ए डाकू चुक के लै गए ने ए ते साडा रोज दा ही पुत सर डाकू चलो पहला वैसे आउंदा सी ना इस वारी घोड़िया ते आए ओ हां जी अठ घोड़े हां जी मैं कौन हूं गुंगा गुंगा आगे हटाओ गुतो गुंगा गुंगा भी बात यार सीन की डिमांड है ना असि कोई और सीन पिक्चराइज कर रहे हैं चलो जी एक मिनट डाकू चौके लग ने एडा स्वाद आया